ਹਾਂਜੀ ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਬਰਿੰਦਰ। ਫਰੈਂਡਸ, ਅੱਜ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ। ਮੈਂ ਸਵੇਰ ਦੀ ਉੱਠੀ ਨਹੀਂ ਅਤੇ ਹੁਣ ਮੈਂ ਉੱਠ ਕੇ ਆਈ ਸੀ ਕਿਚਨ ਵਿੱਚ ਪਾਣੀ ਪੀਣ ਲਈ, ਅਤੇ ਪਾਣੀ ਪੀਣ ਲਈ ਆਈ ਤਾਂ ਕਿਚਨ 'ਚੋਂ ਮੇਰੀ ਨਿਗਾਹ ਬਾਹਰ ਵੱਲ ਗਈ ਤਾਂ ਮੈਂ ਦੇਖਿਆ ਕਿ ਇਹ ਫਲਾਵਰ ਹੈ ਨਾ ਖਿਲਿਆ ਹੋਇਆ ਆ ਪੋਰਚੀਕੋਲਾ ਦਾ, ਹੈ ਨਾ, ਅਤੇ ਇਹ ਫਸਟ ਫਲਾਵਰ ਆ ਸਮਰ ਸੀਜ਼ਨ ਦੀ, ਕਿਉਂਕਿ ਮੇਰੇ ਕੋਲ ਲਾਸਟ ਜੀਅਰ ਸਿਰਫ ਪਿੰਕ ਅਤੇ ਵਾਈਟ ਹੀ ਸੀ। ਇਹ ਕਿਸ ਤਰ੍ਹਾਂ ਔਰੰਜ ਜੈਲੋ ਆਇਆ ਮੈਨੂੰ ਨਹੀਂ ਪਤਾ, ਬਈ ਕੋਈ ਸੀਡ ਗਿਰਿਆ ਹੋਇਆ ਰਹਿ ਗਿਆ ਹੋਏਗਾ ਲਾਸਟ ਜੀਅਰ ਦਾ, ਅਤੇ ਤਦ ਅਤੇ ਹੋਰ ਵੀ ਵਟਸਾ ਦੇਖੋ ਬਣੇ ਹੋਏ ਆ, ਅਤੇ ਮੈਂ ਹਜੇ ਇਹਦੀ ਕੋਈ ਕਟਿੰਗ ਵੀ ਨਹੀਂ ਲਗਾਈ ਕਿਉਂਕਿ ਮੈਂ ਹੋਰ ਕੰਮਾਂ ਦੇ ਵਿੱਚ ਬਿਜ਼ੀ ਸੀ, ਅਤੇ ਇਸ ਕਰਕੇ ਮੈਂ ਕਟਿੰਗ ਵੀ ਨਹੀਂ ਲਗਾਈ। ਅਤੇ ਫਲਾਵਰਿੰਗ ਵੀ ਹੋਣ ਲੱਗ ਗਈ, ਵਟਸ ਬਣ ਵੀ ਰਿਹਾ, ਦੇਖੋ ਹੋਰ ਵਟਸ ਵੀ ਬਣ ਰਹੇ ਆ, ਅਤੇ ਮੈਂ ਇਹਦੀ ਹੁਣ ਜਲਦੀ ਸ਼ਾਮ ਨੂੰ ਕਟਿੰਗ ਲਗਾ ਦਾਂਗੀ ਹੋਰ। ਅਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਫਲਾਵਰ, ਪਰ ਮੈਂ ਹੈ ਨਾ ਆਪਣੇ ਪੌਦਿਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਹਾਂ। ਮੈਂ ਤੁਹਾਨੂੰ ਦਿਖਾਉਂਦੀ ਹਾਂ ਇਸ ਤਰ੍ਹਾਂ ਦੇ ਇਹ ਕੀੜੇ ਅਸੀਂ ਤਾਂ ਇਹਨਾਂ ਨੂੰ ਕੋਤੜੇ ਕਹਿ ਦਿੰਦੇ ਹਾਂ, ਹੈ ਨਾ, ਇਹ ਸੁੰਡੀਆਂ ਜਿਹੀਆਂ ਹੈਗੀਆਂ ਆ, ਇਹ ਬਹੁਤ ਜ਼ਿਆਦਾ ਪਲਾਂਟਸ ਦਾ ਨੁਕਸਾਨ ਕਰ ਰਹੀਆਂ, ਬਹੁਤ ਜ਼ਿਆਦਾ। ਪਤਾ ਨਹੀਂ ਕੈਮਰਾ ਫੋਕਸ ਕਰ ਰਿਹਾ ਕਿ ਨਹੀਂ, ਇਹਨਾਂ ਨੇ ਇੰਨਾ ਪਰੇਸ਼ਾਨ ਕੀਤਾ ਹੋਇਆ ਹੈ ਨਾ ਪਲਾਂਟਸ ਨੂੰ, ਬਈ ਹੱਦ ਹੀ ਕੋਈ ਨਹੀਂ। ਮੇਰੇ ਇੰਨੇ ਪਲਾਂਟਸ, ਜੇ ਗਾਰਡਨ ਹਰੀ ਭਰੀ ਹੋਣ ਲੱਗੀ ਸੀ ਤਾਂ ਰੋਜ਼ ਦੇ ਇਹ ਲੀਫ ਬਹੁਤ ਜ਼ਿਆਦਾ ਕੱਟ ਕਰਦੇ ਆ, ਖਾਂਦੇ ਆ, ਅਤੇ ਹੈ ਨਾ ਮੈਂ ਇਹਨਾਂ ਨੂੰ ਬਾਹਰ ਕੱਢ ਕੇ ਦਿਖਾਉਂਦੀ ਹਾਂ। ਵੈਸੇ ਤਾਂ ਆਹ ਦੇਖੋ ਇਹ, ਇਹਨੂੰ ਹੱਥ ਲਗਾਉਣ 'ਤੇ ਵੀ ਖਤਰਾ ਆ ਕਿਉਂਕਿ ਇਹਦੇ ਹੈ ਨਾ ਬਹੁਤ ਜ਼ਿਆਦਾ ਕੰਡੇ ਜਿਹੇ ਹੁੰਦੇ ਇਹਦੇ ਸਰੀਰ 'ਤੇ, ਜੋ ਆਪਾਂ ਲਗਾਉਂਦੇ ਹਾਂ ਇਹਨੂੰ ਹੱਥ ਨਾਲ ਟੱਚ ਕਰਦੇ ਤਾਂ ਇਹ ਨੁਕਸਾਨ ਆਪਣੀ ਬੋਡੀ ਦਾ ਕਰਦਾ, ਰੈਸ਼ਿਜ਼ ਬਣ ਜਾਂਦੇ ਆ। ਰੈਸ਼ਿਜ਼ ਬਣਨ ਤੋਂ ਬਾਅਦ ਤੁਹਾਨੂੰ ਐਲਰਜੀ ਵਗੈਰਾ ਹੋ ਜਾਂਦੀ ਹੈ, ਦੋ ਤਿੰਨ ਦਿਨ ਲਈ ਤੁਹਾਡੇ ਹੱਥ ਨੂੰ ਸਵੈਲਿੰਗ ਵੀ ਰਹਿੰਦੀ ਆ, ਅਤੇ ਇਸ ਕਰਕੇ ਮੈਂ ਇਹਨੂੰ ਹੱਥ ਨਹੀਂ ਲਗਾ ਰਹੀ, ਸਟਿੱਕ ਦੀ ਮਦਦ ਨਾਲ ਬਾਹਰ ਕੱਢ ਕੇ ਥਰੋ ਕਰ ਦਿੱਤਾ ਆ। ਅਤੇ ਇਸ ਤਰ੍ਹਾਂ ਦੇਖੋ ਆਈ ਤਾਂ ਫਲਾਵਰ ਦੇਖਣ ਸੀ, ਅਤੇ ਨਹੀਂ ਤਾਂ ਇਸ ਕੀੜੇ ਨੇ ਸ਼ਾਮ ਤੱਕ ਇਹਨੂੰ ਕੁਤਰ ਦੇਣਾ ਸੀਗਾ ਫਲਾਵਰ ਨੂੰ। ਇਹ ਜੈਲੋ ਕਲਰ, ਮਾਸਟਰਡ ਜੈਲੋ ਕਲਰ ਦਾ ਫਲਾਵਰ ਖਿਲਿਆ ਆ, ਅਤੇ ਮੇਰੇ ਕੋਲ ਹੋਰ ਕਟਿੰਗ ਨਹੀਂ ਹੈਗੀ, ਬਸ ਇਹ ਬੱਚੇ ਸੀਗੇ ਸਰਦੀਆਂ ਦੇ ਵਿੱਚ ਤੋਂ ਬਾਅਦ, ਹੈ ਨਾ, ਜਿਹੜੇ ਕਿ ਇਸੇ ਗਮਲੇ ਦੇ ਵਿੱਚ ਸੀ, ਇਹਦੇ ਵਿੱਚ ਹੀ ਲੱਗਿਆ ਹੋਇਆ ਆਪਣਾ ਹਾਰ ਸ਼ਿੰਗਾਰ ਦਾ ਪੌਦਾ। ਉਸ ਦਿਨ ਮੈਂ ਕਟਿੰਗ ਦਿਖਾਈ ਵੀ ਸੀ ਇਹਦੀਆਂ, ਐਕਸਟਰਾ ਬ੍ਰਾਂਚ ਮੈਂ ਕੱਟ ਕਰ ਦਿੱਤੇ ਸੀ। ਪਹਿਲਾਂ ਮੈਂ ਹਾਰਡ ਪ੍ਰੂਨਿੰਗ ਨਹੀਂ ਸੀ ਕੀਤੀ, ਕੁਛ ਦਿਨ ਪਹਿਲਾਂ ਹੀ ਹਾਰਡ ਪ੍ਰੂਨਿੰਗ ਕੀਤੀ ਆ, ਅਤੇ ਉਸ ਦਿਨ ਤਾਂ ਬਹੁਤ ਛੋਟੀ ਛੋਟੀ ਬ੍ਰਾਂਚ ਸੀ, ਇੱਕਦਮ ਬਾਰਿਸ਼ ਦਾ ਪਾਣੀ ਮਿਲਿਆ, ਕਾਫੀ ਬਾਰਿਸ਼ ਹੋਈ ਆ ਸਾਡੇ 3-4 ਦਿਨ ਪਹਿਲਾਂ, ਅਤੇ ਉਹਦੇ ਨਾਲ ਦੇਖੋ ਕਿੰਨੀ ਅੱਛੀ ਫਲਾਵਰਿੰਗ ਹੋਈ ਆ, ਅਤੇ ਵਰਡਸ ਵੀ ਅਨਕਾਊਂਟਿਡ ਬਣ ਰਹੇ ਆ। ਪਤਾ ਨਹੀਂ ਕੈਮਰਾ ਫੋਕਸ ਕਰ ਰਿਹਾ ਹੋਣਾ ਕਿ ਨਹੀਂ, ਇਸ ਬ੍ਰਾਂਚ 'ਤੇ ਵੀ ਆ, ਇੱਧਰ ਵੀ ਆ, ਇਸ 'ਤੇ ਵੀ ਆ, ਅਤੇ ਇੱਧਰ ਵੀ ਮੈਨੂੰ ਹੋਰ ਬ੍ਰਾਂਚਸ ਵੀ ਨਜ਼ਰ ਆ ਰਹੇ ਸੀ, ਅਤੇ ਉਹਨਾਂ 'ਤੇ ਵੀ ਵਰਡਸ ਬਣੇ ਹੋਏ ਆ, ਇੱਧਰ ਵੀ ਬਣੇ ਹੋਏ ਆ, ਦੇਖੋ ਵਰਡਸ ਬਣੇ ਹੋਏ ਆ, ਅਤੇ ਫਲਾਵਰਿੰਗ ਆਏਗੀ। ਮੈਂ ਬੜੀ ਖੁਸ਼ ਹੋ ਜਾਂਦੀ, ਛੋਟੀ ਛੋਟੀਆਂ ਖੁਸ਼ੀਆਂ ਮੈਨੂੰ ਖੁਸ਼ ਕਰ ਦਿੰਦੀਆਂ ਆ, ਕਿਉਂਕਿ ਫਲਾਵਰਿੰਗ ਹੁੰਦੀ ਆ ਜਦੋਂ। ਮੈਂ ਉਮੀਦ ਵੀ ਨਹੀਂ ਸੀ ਰੱਖੀ ਕਿ ਮਾਸਟਰਡ ਜੈਲੋ ਕਲਰ ਦਾ ਫਲਾਵਰ ਖਿਲੇਗਾ, ਦੇਖੋ ਕਿੰਨਾ ਸੁੰਦਰ ਲੱਗਿਆ, ਫਾਸਟ ਫਲਾਵਰ ਆਇਆ ਅਤੇ ਉਸਨੇ ਹੀ ਮੇਰਾ ਦਿਲ ਜਿੱਤ ਲਿਆ ਆ। ਓਕੇ ਜੀ, ਵੀਡੀਓ ਆਪਾਂ ਜ਼ਿਆਦਾ ਲੰਬੀ ਨਹੀਂ ਕਰਾਂਗੇ ਕਿਉਂਕਿ ਬਾਹਰ ਧੁੱਪਿਆ ਮੈਂ ਬੈਠ ਵੀ ਨਹੀਂ ਸਕਦੀ ਜ਼ਿਆਦਾ, ਅਤੇ ਇੰਨੀ ਕੁ ਵੀਡੀਓ ਆਪਾਂ ਸ਼ੂਟ ਕੀਤੀ ਆ, ਅਤੇ ਇੰਨੀ ਕੁ ਹੀ ਤੁਸੀਂ ਫਰੈਂਡਸ ਦੇਖ ਲੈਣਾ। ਓਕੇ ਜੀ, ਥੈਂਕ ਯੂ।